ਔਖੇ ਸੌਖੇ ਰਾਹਾਂ ਉੱਤੇ ਪੈਂਦਾ ਚੱਲਣਾ, ਦੁੱਖਾਂ ਤਕਲੀਫਾਂ ਨੂੰ ਵੀ ਪੈਂਦਾ ਚੱਲਣਾ, ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ। ਕਿਆ ਬਾਤ ਹੈ ਜੇ ਬਾਈ ਚਾਂਸ ਕੋਈ ਐਵੇਂ ਉਖੜ ਜਿਹਾ ਖੜਾ ਹੋਵੇ ਫਿਰ ਐਵੇਂ ਰੋਣਾ ਪੈ ਗਿਆ, ਐਵੇਂ ਰੋਣਾ ਪੈ ਗਿਆ ਜੋ ਕਹਿ ਮੈਂ ਭਾਜੀ ਇਹਦਾ ਫਿਰ ਕੀ ਕਰੀਏ ਲਿਆ ਕਾਗਜ਼ ਹੁੰਦੇ ਮੈਂ ਕਿਹਾ ਬੇਇੱਜ਼ਤੀ ਕਿੰਨੀ ਹੈ। ਸੋ ਭਾਜੀ ਪੇਪਰਾਂ 'ਚ ਕਦੇ ਪਰਚੀ ਫੜੀ ਗਈ ਹੈ? पहचान नहीं रही एक्चुअली जो डंगर डॉक्टर की प्रमोशन ले आए थे भाजी ते मेरा आ गेटअप नहीं सी, मैं बकरा बनाया हुआ ਤੇ ਭਾਜੀ ਨੇ ਮੈਨੂੰ ਵਰਡ ਕਿਹਾ ਸੀਗਾ ਉਦੋਂ ਬੜੀ ਗਰਮੀ ਪੈ ਰਹੀ ਸੀ, ਕਹਿੰਦੇ ਹੈਪੀ ਇਹਨੂੰ ਲਾ ਦੇ ਯਾਰ ਐਵੇਂ ਉਭੜੇ ਰਹਿ ਲੂ ਵਾਂਗੂ ਘੁਮਾ ਜਾਏਗਾ। ਤੇ ਭਾਜੀ ਕਿੱਦਾਂ ਲੱਗਾ? ਉਦੋਂ ਬੜੀ ਗਰਮੀ ਵੀ ਬਹੁਤ ਸੀ, ਬਹੁਤ ਗਰਮੀ ਸੀ ਭਾਜੀ, ਬਹੁਤ ਜ਼ਿਆਦਾ ਗਰਮੀ ਸੀਗੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਕਿੱਦਾਂ ਲੱਗ ਰਿਹਾ ਭਾਜੀ? ਬਹੁਤ ਅੱਛਾ, ਬਹੁਤ ਵਧੀਆ ਵਧੀਆ ਲੱਗ ਰਿਹਾ। ਹੈਪੀ ਮਾਹੌਲ, ਕਿਆ ਬਾਤ ਬੋਲੀ ਤੇ ਮਾਹੌਲ, ਕਿਆ ਬਾਤ ਹੈ। ਸੋ ਹੈਪੀ ਰੈਪਿਡ ਫਾਇਰ ਚ ਤੁਹਾਡਾ ਵੈਲਕਮ। ਐਕਚੁਅਲੀ ਭਾਜੀ ਕਹਿੰਦੇ ਸੀ ਯਾਰ ਮੈਂ ਰੈਪਿਡ ਫਾਇਰ ਪਹਿਲਾਂ ਖੇਡਿਆ ਨਹੀਂ, ਹੋਰ ਨਾ ਸਵਾਲ ਜਵਾਬ ਪਹਿਲਾਂ ਮਨ ਚ ਹੋਗਾ ਨਾ ਭਾਜੀ। ਮੈਂ ਰੈਪਿਡ ਫਾਇਰ ਤੋਂ ਐਕਚੁਅਲੀ ਡਰਦਾ ਹੀ ਹਾਂ ਥੋੜਾ। ਹਾਂ ਤੇ ਇਸੇ ਕਰਕੇ ਭਾਜੀ ਮੈਂ ਰੈਪਿਡ ਫਾਇਰ ਦੇ ਨਾਲ ਨਾਲ ਅੱਗੇ ਨਾ ਆਪਣਾ ਨਾਮ ਲਾ ਲਿਆ ਹੈਪੀ ਰੈਪਿਡ ਫਾਇਰ। ਹੈਪੀ ਹੈਪੀ ਹੋਏਗਾ। ਹਾਂ ਤੇ ਆਪਾਂ ਕੋਈ ਉਹ ਨਹੀਂਗਾ ਕਿ ਜਿਸ ਤੋਂ ਆਰਟਿਸਟ ਘਬਰਾਏ। ਸੋ ਸ਼ੁਰੂ ਕਰਦੇ ਹਾਂ ਭਾਜੀ, ਸਭ ਤੋਂ ਪਹਿਲਾ ਰਾਊਂਡ ਹੈ ਏ ਜਾਂ ਓ। ਭਾਜੀ ਮੈਂ ਤੁਹਾਨੂੰ ਆਪਸ਼ਨ ਦਊਂਗਾ ਦੋ ਜਾਂ ਕੁਝ ਵੀ ਕਿੰਨੀਆਂ ਵੀ, ਉਹਨਾਂ ਚੋਂ ਇੱਕ ਸਿਲੈਕਟ ਕਰਨੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਤੁਹਾਡੇ ਸੌਂਗ ਨੇ, ਇਹਨਾਂ ਵਿੱਚੋਂ ਤੁਹਾਡਾ ਸਭ ਤੋਂ ਮਤਲਬ ਕੁੰਦਨਾ ਜੀ ਸਭ ਤੋਂ ਫੇਵਰਟ ਸੌਂਗ ਕਿਹੜਾ ਜਿਹੜਾ ਮਾਇੰਡ 'ਚ ਆਉਂਦਾ? ਐਵੇਂ ਰੌਲਾ ਪੈ ਗਿਆ, ਠੋਕਣਾ, ਟੇਢੀ ਭਗਵਾ। ਮੈਨੂੰ ਗਰਮੀਆਂ ਚੰਗੀਆਂ ਲੱਗਦੀਆਂ, ਪਰ ਜਦੋਂ ਤੱਕ ਹਿਊਮਿਡਿਟੀ ਨਾ ਹੋਵੇ, ਬਾਰਿਸ਼ ਨਾ ਹੋਵੇ, ਓਕੇ, ਉਹ ਗਰਮੀ ਨਹੀਂ ਮੈਨੂੰ ਚੰਗੀ ਲੱਗਦੀ, ਚਿਪ ਚਿਪ ਜੀ ਨਹੀਂ ਹੁੰਦੀ। ਹਾਂ ਤੇ ਵੈਸੇ ਜਿਹੜੀ ਉਦਾਂ ਹੀ ਠੋਵੇ ਕਰਦੀ ਉਹ ਮੈਨੂੰ ਵਧੀਆ ਲੱਗਦੀ। ਓਕੇ ਸੋ ਭਾਜੀ ਦੁੱਧ ਜਾਂ ਚਾਹ? ਦੁੱਧ ਮਤਲਬ ਤਿੰਨੇ ਟਾਈਮ ਸਵੇਰੇ ਚਾਹ ਨਹੀਂ ਪੀਂਦੀ? ਦੁੱਧ ਬਹੁਤ ਘੱਟ, ਚਾਹ ਅਗਰ ਪੀਵਾਂ ਤਾਂ ਮੈਂ ਗ੍ਰੀਨ ਟੀ ਪੀਵਾਂ। ਓਕੇ ਆਰਟਿਸਟ ਲਾਈਫ ਗ੍ਰੀਨ ਟੀ, ਕਿਆ ਬਾਤ ਹੈ। ਸੋ ਭਾਜੀ ਸ਼ਰਟ ਜਾਂ ਟੀ ਸ਼ਰਟ? ਜੈਸਾ ਜੀ ਦੋਵੇਂ ਪਾਈਆਂ ਹੋਈਆਂ ਸੀ, ਸ਼ਰਟ ਸ਼ਰਟ ਜ਼ਿਆਦਾ ਸੁਣਦੇ ਰਹਿੰਦੇ, ਕਿਆ ਬਾਤ ਹੈ। ਸੋ ਭਾਜੀ ਆਹ ਰਾਊਂਡ ਆਪਣਾ ਖਤਮ ਹੋ ਗਿਆ, ਇਹ ਜਾਂ ਉਹ। ਇਸ ਤੋਂ ਬਾਅਦ ਭਾਜੀ ਵੈਸੇ ਜੈਨਰੀ ਕੁਸ਼ਚਨ ਹੈ ਕਿ ਪੱਗ ਬੜੀ ਕਮਾਲ ਦੀ ਬੰਨੇ ਹੋ, ਸੋ ਡਿਫਰੈਂਟ ਡਿਫਰੈਂਟ ਆਪਾਂ ਨੂੰ ਹਰ ਗਾਣੇ ਫਿਲਮਾਂ ਦੇ ਵਿੱਚ ਜਾਂ ਲਾਈਵ ਸ਼ੋਅ ਦੇ ਵਿੱਚ ਤੁਹਾਡਾ ਸਟਾਈਲ ਡਿਫਰੈਂਟ ਲੱਗਦਾ, ਸੋ ਪੱਗ ਬੰਨਣ ਲੱਗੇ ਕਿੰਨਾ ਟਾਈਮ ਪਾਉਂਦੇ ਨੇ ਰਵਿੰਦਰ ਗਰੇਵਾਲ? ਬਹੁਤ ਘੱਟ, ਅੱਜ ਕੱਲ੍ਹ ਪੱਗ ਗੱਡੀ 'ਚ ਬੈਠ ਕੇ ਅੱਗੇ ਜਿਹੜਾ ਸ਼ੀਸ਼ਾ ਲੱਗਿਆ ਹੁੰਦਾ ਨਾ ਉਹਦੇ ਬੰਨ ਲੈਂਦੇ, ਉਹਦੇ 'ਤੇ ਹੀ ਬੰਨ ਲਈ ਦੀ ਆ। ਓਕੇ ਮੇਰਾ ਹਾਲ ਵੱਧ ਤੋਂ ਵੱਧ 5-7 ਮਿੰਟ, ਕਿਉਂਕਿ ਹੁਣ ਉਹ ਜ਼ਿਆਦਾ ਰਵਿੰਦਰ ਗਰੇਵਾਲ ਜੀ ਦੇ ਫੇਵਰਿਟ ਸਿੰਗਰ ਕਿਹੜੇ? ਮੈਨੂੰ ਐਕਚੁਅਲੀ ਪੁਰਾਣੇ ਸੌਂਗ ਬਹੁਤ ਜ਼ਿਆਦਾ ਚੰਗੇ ਲੱਗਦੇ ਆ, ਮੈਂ ਸੁਰਿੰਦਰ ਕੌਰ ਹੋਰਾਂ ਨੂੰ ਬਹੁਤ ਸੁਣਦਾ, ਕਿਉਂਕਿ ਮੇਰੇ ਲਈ ਐਕਚੁਅਲੀ ਮਿਊਜ਼ਿਕ ਦਾ ਮਤਲਬ ਆ ਮੈਲੋਡੀ, ਓਕੇ, ਮਿਠਾਸ, ਜਿਹੜਾ ਕਹਿੰਦੇ ਸ਼ੋਰ ਅਤੇ ਗਾਣੇ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ, ਪਹਿਲਾਂ ਅੱਜ ਕੱਲ੍ਹ ਤਾਂ ਆਉਂਦੇ ਨਹੀਂ, ਪਹਿਲਾਂ ਪਹਿਲਾਂ ਡੈਕ ਜਿਹੇ ਚੱਲਦੇ ਹੁੰਦੇ ਸੀ ਨਾ, ਉਹ ਸਾਡੇ ਮੈਂ ਹਾਰਮੋਨੀਅਮ ਸਿੱਖਦਾ ਹੁੰਦਾ ਸੀ ਜਰੂਰੀ ਸੀਗੇ, ਉਹ ਕਹਿੰਦੇ ਹੁੰਦੇ ਸੀ ਕਿ ਜਿੱਥੇ ਤੱਕ ਉਹ ਗ੍ਰੀਨ ਜੀ ਲਾਈਟ ਚੱਲਦੀ ਨਾ ਡੈਕ 'ਤੇ, ਉੱਥੇ ਤੱਕ ਮਿਊਜ਼ਿਕ ਆ, ਤੇ ਜਦੋਂ ਕਹਿੰਦੇ ਉਹ ਰੈੱਡ 'ਤੇ ਆ ਜਾਂਦੀ ਹੈ ਨਾ ਸ਼ੋਰ ਹੋ ਜਾਂਦਾ, ਮਤਲਬ ਸ਼ੋਰ ਆ, ਫਿਰ ਉਹ ਮਿਊਜ਼ਿਕ ਅਤੇ ਸ਼ੋਰ ਦੇ ਵਿੱਚ ਇੰਨਾ ਕੀ ਫਰਕ ਆ। ਸੋ ਮੈਨੂੰ ਮਿਊਜ਼ਿਕ ਉਹ ਚੰਗਾ ਲੱਗਦਾ ਜਿਹੜਾ ਕੰਨਾਂ ਨੂੰ ਸਕੂਨ ਦੇਵੇ, ਮੇਰੇ ਲਈ ਮਿਊਜ਼ਿਕ ਦਾ ਮਤਲਬ ਆ ਕਿ ਤੁਹਾਨੂੰ ਹੈ ਨਾ ਬਿਲਕੁਲ ਐਂ ਰਿਲੈਕਸ ਕਰ ਦੇਵੇ, ਸੋ ਉਸ ਕਰਕੇ ਮੈਨੂੰ ਮਿਊਜ਼ਿਕ ਬਹੁਤ ਚੰਗੀ ਲੱਗਦੀ ਹੈ। ਕਿਆ ਬਾਤ ਹੈ। ਸੋ ਭਾਜੀ ਫੇਵਰੇਟ ਮੂਵੀ ਦੀ ਗੱਲ ਕਰੀਏ, ਤੁਸੀਂ ਬਹੁਤ ਸਾਰੀਆਂ ਮੂਵੀਆਂ ਕੀਤੀਆਂ ਨੇ, ਸੋ ਆਪਣੀ ਮੂਵੀਜ਼ ਤੋਂ ਇਲਾਵਾ ਤੁਹਾਡੀ ਫੇਵਰੇਟ ਕੋਈ ਕਿਹੜੀ ਫਿਲਮ ਹੈ ਪੰਜਾਬੀ ਇੰਡਸਟਰੀ ਦੀ? ਪੰਜਾਬੀ ਮੈਨੂੰ ਲੌਂਗ ਦਾ ਲਿਸ਼ਕਾਰ ਪਿਕਚਰ ਬੜੀ ਵਧੀਆ ਹੈ। ਲੌਂਗ ਦਾ ਲਿਸ਼ਕਾਰ, ਕਿਆ ਬਾਤ ਹੈ। ਪੁਰਾਣੇ ਸੌਂਗ ਸੁਣਨੇ ਅਤੇ ਪੁਰਾਣੀਆਂ ਫਿਲਮਾਂ, ਮਤਲਬ ਉਹ ਮੈਨੂੰ ਬੜੀ ਵਧੀਆ ਲੱਗਦੀ ਹੈ। ਖੈਰ ਹੁਣ ਵੀ ਫਿਲਮਾਂ ਬੜੀਆਂ ਅੱਛੀਆਂ ਬਣੀਆਂ, ਜਿਹੜੀ ਅੰਗਰੇਜ਼ ਬਣੀ ਸੀ ਉਹ ਮੈਨੂੰ, ਹਾਂਜੀ, ਜਿਹੜੇ ਸਾਡੀ ਕਲਚਰ ਦੇ ਨਾਲ ਰਿਲੇਟਡ ਨੇ ਉਹ ਵਧੀਆ ਲੱਗਦੀਆਂ, ਬਟ ਅਗਰ ਫਿਰ ਵੀ ਪੁਰਾਣਿਆਂ 'ਚ ਦੇਖਦੇ ਹਾਂ ਤਾਂ ਮੈਨੂੰ ਬੜੀ ਵਧੀਆ ਲੱਗਦੀ।
ਸੋ ਭਾਜੀ ਫੇਵਰਟ ਲੋਕੇਸ਼ਨ ਕਿਹੜੀ ਹੈ ਤੁਹਾਡੀ ਜਿੱਥੇ ਘੁੰਮਣਾ ਫਿਰਨਾ ਹੈ ਕਿਹੜੀ ਮਨ ਨੂੰ ਚੰਗਾ ਲੱਗਦਾ ਮੈਨੂੰ ਇੰਡੀਆ ਦੇ ਵਿੱਚ ਨੈਨੀਤਾਲ ਨੈਨੀਤਾਲ ਔਰ ਇੰਡੀਆ ਤੋਂ ਬਾਹਰ ਮੈਨੂੰ ਨਿਊਜ਼ੀਲੈਂਡ ਦੋਵੇਂ ਐਨ ਤੀ ਨੇ ਨਿਊਜ਼ੀਲੈਂਡ ਨੈਨੀਤਾਲ ਕੀ ਬਾਤ ਹੈ ਸੋ ਭਾਜੀ ਅਗਲਾ ਆਪਣਾ ਹੈ ਹਾਂ ਜਾਂ ਨਾ ਤੁਸੀਂ ਜਸਟ ਹਾਂ ਜਾਂ ਨਾ ਚ ਜਵਾਬ ਦੇਣਾ ਸੋ ਲਾਈਵ ਸ਼ੋਅ ਚ ਕਦੇ ਆਏ ਹੋਏ ਤੁਸੀਂ ਗਾਣਾ ਗਾਉਂਦੇ ਗਾਉਂਦੇ ਭੁੱਲ ਗਏ ਹੋ ਸੋ ਇੱਕ ਹੁੰਦਾ ਨਾ ਕਿ ਇਸ਼ਾਰੇ ਨਾਲ ਪਿੱਛੋਂ ਕੰਡੀਸ਼ਨ ਪੁੱਛੋ ਅੱਗੇ ਕੀ ਸੀਗਾ ਕਦੇ ਆਏ ਹੋਏ ਪਰ ਮੈਨੂੰ ਪਤਾ ਨਹੀਂ ਲੱਗਣ ਹੁੰਦਾ ਕਿਤੇ ਹਾਂ ਇਹ ਆਰਟਿਸਟ ਦੀ ਪਹਿਚਾਨ ਹੁੰਦੀ ਹੈ ਆਰਟਿਸਟ ਦੀ ਕੀ ਕਰ ਰਹੇ ਹੋ ਕਰ ਲੈਂਦੀ ਹਾਂਜੀ ਬਾਈ ਜੀ ਆ ਗਏ ਉਹ ਹਾਂਜੀ ਬਾਈ ਜੀ ਹੋਰ ਕੀ ਆ ਉਹ ਲਾਈਨ ਚਾਹੇ ਆਪਣੀ ਭੁੱਲੀ ਹੋ ਕੋਈ ਬਾਈ ਜੀ ਨਹੀਂ ਹੁੰਦਾ ਬਟ ਐਵੇਂ ਕਹੇ ਕਿ ਇਹੀ ਸਟੇਜ ਆ ਮੇਰਾ ਚੱਲ ਕੇ ਕੋਈ ਟੇਕ ਨਹੀਂ ਹੁੰਦਾ ਸੋ ਕਦੇ ਡਰਾਈਵ ਕਰਦੇ ਹੋਏ ਜਾਂ ਗੱਡੀ 'ਚ ਤੁਸੀਂ ਜਾ ਰਹੇ ਹੋ ਤੇ ਰਸਤੇ 'ਚ ਤੁਹਾਨੂੰ ਪੁਲਿਸ ਵਾਲੇ ਨੇ ਰੋਕ ਲਿਆ ਕਾਗਜ਼ ਪੱਤਰ ਚੈੱਕ ਕਰਾਉਣ ਲਈ ਤੇ ਉਸ ਤੋਂ ਬਾਅਦ ਤੁਹਾਨੂੰ ਦੇਖਿਆ ਉਹ ਰਵਿੰਦਰ ਗਰੇਵਾਲ ਜੀ ਅਕਸਰ ਹੀ ਚਲਾਉਣ ਦੀ ਆਦਤ ਆ ਨਹੀਂ ਚਲਾਉਣ ਹੁੰਦਾ ਨਹੀਂ ਇੰਨਾ ਰੱਬ ਦੀ ਮਿਹਰ ਆ ਪਰ ਮੈਂ ਹਮੇਸ਼ਾ ਸਾਡੇ ਡਰਾਈਵਰ ਨੂੰ ਇਹ ਕਹਿੰਦਾ ਹੁੰਦਾ ਵੀ ਉਹਦੀ ਆਦਤ ਸੀ ਕਈ ਵਾਰੀ ਉੱਤਰ ਕੇ ਉਹਨੇ ਪਹਿਲੇ ਦਾ ਦੇਣਾ ਕੀ ਭਾਜੀ ਬੈਠੇ ਮੈਂ ਉਹਨੂੰ ਕਹਿੰਦਾ ਵੀ ਆਪਾਂ ਚੋਰ ਜਾਂ ਤੇਰੇ ਕੋਲ ਕਾਗਜ਼ ਨਹੀਂ ਹੈਗੇ ਜਾਂ ਤੇਰਾ ਕੋਲ ਲਾਇਸੈਂਸ ਨਹੀਂ ਹੈਗਾ ਹਨਾ ਵੀ ਚੱਲ ਬੰਦੇ ਰਿਸਪੈਕਟ ਕਰਦੇ ਆ ਤੂੰ ਕਹਿੰਦਾ ਜੇ ਬਾਈ ਚਾਂਸ ਕੋਈ ਐਵੇਂ ਅੱਖੜ ਜਿਹਾ ਖੜਾ ਹੋਵੇ ਜੋ ਕਹਿੰਦੇ ਭਾਜੀ ਇਹਦਾ ਫਿਰ ਕੀ ਕਰੀਏ ਲਿਆ ਕਾਗਜ਼ ਮੈਂ ਕਿਹਾ ਬੇਇੱਜ਼ਤੀ ਕਿੰਨੀ ਹੈ ਇਸ ਕਰਕੇ ਜਦੋਂ ਆਪਣੇ ਕੋਲ ਸਾਰਾ ਕੁਝ ਹੈਗਾ ਅੰਗਰੇਜ਼ੀ ਨਾਲ ਵਾਹ ਪਿਆ ਹੋਵੇ ਤੇ ਤੁਸੀਂ ਕਿਹਾ ਹੋਵੇ ਯਾਰ ਅੱਜ ਤਾਂ ਫਸ ਹੀ ਗਈ ਅੰਗਰੇਜ਼ੀ ਹੈਗੀ ਤਾਂ ਹੈਗੀ ਅੰਦਰ ਉਹ ਜੋੜਨੀ ਜੀ ਕੱਟੀ ਤੁਸੀਂ ਕੱਠੀ ਕੁੱਠੀ ਕਰਕੇ ਕੱਢ ਲਈ ਉਨੀ ਸਮਝਾਈ ਲਈ ਕਿਆ ਬਾਤ ਹੈ ਸੋ ਭਾਜੀ ਆਪਣਾ ਲਾਸਟ ਰਾਊਂਡ ਹੈ ਅਗਰ ਮਗਰ ਅਗਰ ਇਹ ਹੁੰਦਾ ਤਾਂ ਕੀ ਹੁੰਦਾ ਸੋ ਅਗਰ ਕੋਈ ਇੱਕ ਚੀਜ਼ ਰਵਿੰਦਰ ਗਰੇਵਾਲ ਜੀ ਨੇ ਆਪਣੇ ਅੰਦਰ ਮਤਲਬ ਇੱਕ ਐਡ ਆਨ ਕਰਨੀ ਆਪਣੇ ਅੰਦਰ ਕਿ ਆਹ ਮੈਂ ਚਾਹੁੰਦਾ ਆਪਣੇ ਅੰਦਰ ਅਤੇ ਇੱਕ ਚੀਜ਼ ਆਹ ਮੈਂ ਛੱਡਣੀ ਚਾਹੁੰਦਾ ਉਹ ਕਿਹੜੀ ਹੋਵੇ ਇੱਕ ਇੱਕ ਚੀਜ਼ ਛੱਡਣਾ ਤਾਂ ਮੈਨੂੰ ਲੱਗਦਾ ਮੈਂ ਕਈ ਵਾਰੀ ਮਤਲਬ ਉਹਨੂੰ ਹੁਣ ਮੈਂ ਮਾੜੀ ਨਹੀਂ ਕਹਿੰਦਾ ਮੈਂ ਸੋਚਦਾ ਬਹੁਤ ਜ਼ਿਆਦਾ ਸੋਚਦੀ ਮਤਲਬ ਹਰ ਚੀਜ਼ ਕੋਈ ਵੀ ਮੈਂ ਕੰਮ ਕਰਨਾ ਚਾਹੇ ਕੁਛ ਵੀ ਉਹ ਨਾ ਮੇਰੇ ਦਿਮਾਗ 'ਚ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਸਪੈਸ਼ਲੀ ਜਦੋਂ ਕੋਈ ਗਾਣਾ ਰਿਲੀਜ਼ ਹੋਣਾ ਹੋਵੇ ਤਾਂ ਮੇਰੇ ਖਿਆਲ ਖੈਰ ਮੈਨੂੰ ਤਾਂ ਚੰਗਾ ਹੀ ਸਮਝਦਾ ਕਿਉਂਕਿ ਤੁਹਾਨੂੰ ਅਗਰ ਘਬਰਾਹਟ ਹੋ ਰਹੀ ਹੈ ਉਹਦੇ ਤੋਂ ਜਾਂ ਤੁਸੀਂ ਉਹਨੂੰ ਹੋਰ ਵਧੀਆ ਕਰਨ ਦੀ ਵਾਰ ਵਾਰ ਸੁਣੀ ਜਾ ਰਹੇ ਨੇ ਮੇਰੀ ਆਦਤ ਤਾਂ ਮੈਂ ਗਾਣਿਆਂ ਨੂੰ ਵੀ ਜਿੰਨੀ ਦੇਰ ਰਿਲੀਜ਼ ਨਹੀਂ ਹੋਣੇ ਹੁੰਦੇ ਉਨੀ ਦੇਰ ਤੋਂ ਮੇਰੀ ਟੇਪ ਗੱਡੀ ਦੇ ਵਿੱਚ ਨਾ ਮਤਲਬ ਇੰਨੇ ਕਮਲੇ ਕਰ ਦਿੰਦਾ ਮੈਂ ਡੈਡੀਕੇਸ਼ਨ ਹੈ ਸਿਰਫ ਪ੍ਰਤੀ ਸਿਰਫ ਨੁਕਸ ਕੱਢਣ ਲਈ ਕੋਈ ਲੈ ਤਾਂ ਨਹੀਂ ਗਿਆ ਇਹਦੇ ਓਕੇ ਉਹ ਚੀਜ਼ ਤੋਂ ਕਈ ਵਾਰੀ ਮੈਂ ਇਰੀਟੇਟ ਵੀ ਹੁੰਦਾ ਕਿ ਕਿਉਂ ਮੇਰਾ ਦਿਮਾਗ ਇਦਾਂ ਬਾਰ ਬਾਰ ਜਾਂਦਾ ਹੋ ਜਾਣਾ ਇਹਨੇ ਜਿਹੜਾ ਹੋ ਜਾਣਾ ਰਿਲੀਜ਼ ਹੋ ਕੇ ਪਰ ਉਹ ਜਾਂਦੀ ਨਹੀਂ ਮੇਰੇ ਦਿਮਾਗ ਤੋਂ ਮਤਲਬ ਬਹੁਤ ਮਾੜਾ ਹਾਲ ਹੁੰਦਾ ਸੋ ਮੈਂ ਜੇ ਕਿਤੇ ਨਾ ਕਿਤੇ ਘਟਾਉਣੀ ਚਾਹੁੰਦਾ ਤਾਂ ਮੈਨੂੰ ਲੱਗੇ ਕਿ ਉਹ ਓਕੇ ਓਕੇ ਸੋ ਭਾਜੀ ਅਗਰ ਕਿਸੇ ਜਗ੍ਹਾ ਤੇ ਲੇਟ ਪਹੁੰਚੋ ਤੁਸੀਂ ਤੇ ਉੱਥੇ ਬਹਾਨਾ ਬਣਾਉਣਾ ਕਿ ਇਸ ਕਰਕੇ ਮੈਂ ਲੇਟ ਹੋ ਗਿਆ ਉਹ ਬਹਾਨਾ ਕੀ ਹੋਊਗਾ ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਨਾ ਹੀ ਬਣਾਉਣਾ ਪਵੇ ਬਹਾਨਾ ਔਰ ਜਿਹੜੀ ਗੱਲ ਸਹੀ ਆ ਉਹੀ ਦੱਸੀ ਕਿਆ ਬਾਤ ਸੋ ਭਾਈ ਲਾਸਟ ਕੁਐਸਚਨ ਹੈ ਮੇਰਾ ਅਗਰ ਮਾਲ ਦੇ ਵਿੱਚ ਫ੍ਰੀ ਸੇਲ ਲੱਗੀ ਹੈ ਰਵਿੰਦਰ ਗਰੇਵਾਲ ਜੀ ਨੂੰ ਕਿਹਾ ਜਾਵੇ ਕਿ ਮਾਲ ਦੇ ਵਿੱਚ ਜਾ ਕੇ 5 ਚੀਜ਼ਾਂ ਕਲੈਕਟ ਕਰਨੀਆਂ ਨੇ ਸਿਰਫ 5 ਯੂਨੀਵਰਸਿਟੀ ਦੇ ਵਿੱਚ ਠੋਕਰਾਂ ਗਾਣਾ ਭਾਈ ਦਾ ਤੇ ਲਵਲੀ ਤੇ ਪੀਯੂ ਆਲ ਟਾਈਮ ਫੇਵਰੇਟ ਹੀ ਹੈ
मैं लगता है गाने की खूबसूरती हुई है और मैं कोशिश कर रहा हूँ कि अपने जो भी गाने हों हर किसी अपने अपने लगन कोई बंदा बन के तो पैदा नहीं होना प्रोसीजर चो लंघना ही पैना और मैं लगता है जो बंदा ठुकरा हार के नहीं अगे वधदा उन्हें कदर भी नहीं होंगी जरूरी नहीं उन्हें सिंगर बनना उन्हें राइटर बनना या उन्हें एक्टर बनना चाहे किसी भी लाइन चो चाहे कोई भी अपनी लाइन पर स्ट्रगल करनी पड़ी जरूर भाई इस करके ठोकरा खा खा के पकड़ा बंदा तो इस करके इदा के जो गाने हर किसी को एक होर सा गीत सी दिन वो ना रहे हाँ, हूँ लाइन ही इदा की है कि जिंदगी कदे मतलब एक जी तो चलती है ना चंगे माड़े दिन तो आई मतलब दुख तो आने ही आने अपने आप ही उन्होंने लगना कि यार सा गीत है शायद दिन ना रहे दिन वो नहीं लैंगे और औखे सौखे राह चलना दुखा तकलीफा नूं भी पैंदा चलना सीने ला के पैंदी बदनामी रखनी क्या बात है सीने लाके पैंदी बदनामी रखनी होना है जे जग ते मशहूर हानिया जिंदगी च वधने लई अगे दोस्तो ठोकरां भी पैंदियां जरूर खानिया जिंदगी च वधने लई अगे दोस्तो ठोकरां भी पैंदियां जरूर खानिया क्या बात है थैंक यू भाजी बहुत चंगा लगा मैनूं लव यू भाजी सो इसे तरह आपां मिलदे रहिए ते फनी फनी मजेदार इंटरव्यू करदे रहिए सो हैप्पी रैपिड फायर चंडीगढ़ मिलदे इक नवे कलाकार दे नाल सुरेंद्र गिरवाल भाई थैंक यू जी बहुत बहुत शुक्रिया लव यू टू थैंक यू थैंक यू